प्यारे विद्यार्थियों प्लस 2 पॉलिटिकल साइंस ਦਾ ਅੱਜ ਬਹੁਤ ਹੀ ਇੰਪੋਰਟੈਂਟ ਇੱਕ ਕਨਸੈਪਟ ਜਿਹੜੀ ਤੁਹਾਨੂੰ ਕਲੀਅਰ ਕਰਨੀ ਹੈ ਉਹ ਮਾਰਕਸਵਾਦ ਹੈ ਮਾਰਕਸਵਾਦ ਦੇ ਵਿੱਚ ਇੱਕ ਕਨਸੈਪਟ ਆਂਦੀ ਹੈ ਬੱਚਿਆਂ ਨੂੰ ਕਾਫੀ ਮੁਸ਼ਕਲ ਲੱਗਦਾ ਹੈ ਭੌਤਿਕ ਦਵੰਦਵਾਦ ਭੌਤਿਕ ਦਵੰਦਵਾਦ ਨੂੰ ਅੰਗਰੇਜ਼ੀ ਚ ਡਾਇਲੈਕਟਿਕ ਮਟੀਰੀਅਲਿਜ਼ਮ ਕਹਿੰਦੇ ਆ ਕਾਲ ਮਾਰਕਸ ਨੇ ਇਹ ਸਿਧਾਂਤ ਹੀਗਲ ਤੋਂ ਲਿਆ ਹੀਗਲ ਜਰਮਨ ਦਾ ਹੀ ਇੱਕ ਵਿਦਵਾਨ ਸੀ ਤੇ ਉਹਦਾ ਆਈਡੀਆ ਇਹ ਸੀ ਹੀਗਲ ਦਾ ਵਿਚਾਰ ਸੀ ਕਿ ਜਿਹੜਾ ਵਿਚਾਰ ਹੈ ਵਿਚਾਰ ਪ੍ਰਮੁੱਖ ਹੁੰਦਾ ਕਿਸੇ ਸਮਾਜ ਦੇ ਵਿਕਾਸ ਲਈ ਮਨੁੱਖ ਦੇ ਵਿਕਾਸ ਲਈ ਉਹਦਾ ਇਹ ਵਿਚਾਰ ਸੀ ਕਿ ਆਈਡੀਆ ਜਾਂ ਵਿਚਾਰ ਨਹੀਂ ਮਨੁੱਖ ਦੀਆਂ ਹਾਲਾਤਾਂ ਜਿਹੜੀਆਂ ਨੇ ਉਹ ਜ਼ਿਆਦਾ ਨਿਰਭਰ ਕਰਦੀਆਂ ਨੇ ਕਿ ਮਨੁੱਖ ਜਿਹੜਾ ਉਹ ਕਿਹੋ ਜਿਹਾ ਹੈ ਤੇ ਉਦਾ ਵਿਕਾਸ ਉਸ ਸਮਾਜ ਦਾ ਵਿਕਾਸ ਕਿਵੇਂ ਹੋਏਗਾ ਦੋਵੇਂ ਮਨੁੱਖ ਦੇ ਅੰਦਰੂਨੀ ਸੰਘਰਸ਼ ਦੀ ਗੱਲ ਕਰਦੇ ਨੇ ਪਰ ਮਾਰਕਸਵਾਦ ਜਿਹੜਾ ਕਾਲ ਮਾਰਕਸ ਤੇ ਐਂਜਲਸ ਨੇ ਉਹ ਜ਼ਿਆਦਾ ਗੱਲ ਕਰਦੇ ਨੇ ਕਿੰਨਾ ਹਾਲਾਤਾ ਵਿੱਚ ਉਸ ਸਮਾਜ ਦਾ ਵਿਕਾਸ ਹੋਇਆ ਸੋ ਆਪਾਂ ਤੁਹਾਡਾ ਪੇਜ ਤੇ ਦੇਖਦੇ ਆ ਇੱਕ ਵਾਰ ਹਾਂਜੀ ਪੈਰੇ ਵਿਚਾਰਥੀਓ ਇਹਨੂੰ ਭੌਤਿਕ ਦਵੰਦਵਾਦ ਨੂੰ ਅੰਗਰੇਜ਼ੀ ਵਿੱਚ ਡਾਇਲੈਕਟਿਕ ਮਟੀਰੀਅਲਿਜ਼ਮ ਕਹਿੰਦੇ ਆ ਡਾਇਲੈਕਟਿਕ ਮਟੀਰੀਅਲਿਜ਼ਮ ਜਿਹੜਾ ਵਾ Karl Marx ਨੇ ਇਹ ਸਿਧਾਂਤ Hegel ਤੋਂ ਲਿਆ ਸੀ Hegel ਜਿਹੜਾ ਉਹ ਕਹਿੰਦਾ ਵਿਚਾਰ ਜ਼ਿਆਦਾ ਪ੍ਰਮੁੱਖ ਨੇ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵਿਚਾਰ ਦੇ ਵਿੱਚ ਕੀ ਕਹਿੰਦਾ ਵੀ ਇੱਕ ਹੁੰਦਾ ਵਿਵਾ ਥੀਸਿਸ ਉਹਦੇ ਵਿਰੋਧ ਚ ਪੈਦਾ ਹੁੰਦਾ ਐਂਟੀਥੀਸਿਸ ਯਾਨੀ ਕਿ ਇੱਕ ਵਾਦ ਹੋ ਗਿਆ ਉਹਦੀ ਵਿਰੋਧ ਵਿੱਚ ਪ੍ਰਤੀਵਾਦ ਇਹਦਾ ਵਿਰੋਧ ਕਰਦਾ ਉਹ ਜਦੋਂ ਇਹਨਾਂ ਦੋਆਂ ਵਿੱਚ ਸੰਘਰਸ਼ ਹੁੰਦਾ ਹੈ ਤੇ ਫਿਰ ਇੱਕ ਨਵਾਂ ਚੀਜ਼ ਪੈਦਾ ਹੁੰਦੀ ਹੈ ਜਿਹਨੂੰ ਸੰਵਾਦ ਕਹਿੰਦੇ ਆ ਵਾਦ ਪ੍ਰਤੀਵਾਦ ਤੇ ਨਵੀਂ ਚੀਜ਼ ਪੈਦਾ ਹੁੰਦੀ ਹੈ ਸੰਵਾਦ ਜਿਹਨੂੰ ਸਿੰਥੀਸਿਸ ਕਹਿੰਦੇ ਆ ਥੀਸਿਸ ਐਂਟੀਥੀਸਿਸ ਤੇ ਸਿੰਥੀਸਿਸ ਹੀਗਲ ਸਿਰਫ ਮਨੁੱਖ ਦੀ ਆ ਸਪਿਰਿਟ ਲਈ ਆਤਮਾ ਲਈ ਵਿਚਾਰ ਲਈ ਇਹ ਗੱਲ ਕਰਦਾ ਵਾ ਇਸ ਤਰ੍ਹਾਂ ਮਨੁੱਖ ਦਾ ਵਿਕਾਸ ਹੁੰਦਾ ਹੈ ਮਨੁੱਖ ਦੀ ਅੰਦਰੂਨੀ ਸ਼ਕਤੀ ਦਾ ਵਿਕਾਸ ਹੁੰਦਾ ਇਸ ਢੰਗ ਨਾਲ ਗੱਲ ਕਰਦਾ ਕਾਰਲ ਮਾਰਕਸ ਇਹਦੇ ਬਿਲਕੁਲ ਉਲਟ ਗੱਲ ਕਰਦਾ ਉਹ ਕਹਿ ਰਿਹਾ ਮਾਰਕਸਵਾਦ ਵਿੱਚ ਆਪਾਂ ਪੜਦੇ ਹਾਂ ਵੀ ਜਿਹੜਾ ਪਦਾਰਥ ਹੈ ਕਾਲਮਾਸ ਕਹਿੰਦਾ ਪਦਾਰਥ ਜਿਆਦਾ ਮਹੱਤਵਪੂਰਨ ਹੈ ਮਨੁੱਖ ਦਿਹਾੜੇ ਦਿਵਾਲੇ ਦੀਆਂ ਹਾਲਾਤਾਂ ਜਿਆਦਾ ਮਹੱਤਵਪੂਰਨ ਨੇ ਸਮਾਜ ਦੇ ਵਿਕਾਸ 'ਚ ਸਭ ਤੋਂ ਜਿਆਦਾ ਹਾਲਾਤਾਂ ਨਿਰਭਰ ਕਰਦੀਆਂ ਨੇ ਉਸ ਨੂੰ ਬਣਾਉਂਦੀਆਂ ਨੇ ਪਹਿਲੇ ਆਦਮ ਸਮਾਵਦੀ ਵਿਵਸਥਾ ਸੀ ਜਿਹਦੇ 'ਚ ਸਾਰਾ ਕੁਝ ਬਰਾਬਰ ਸੀਗਾ ਫਿਰ ਕੁਝ ਲੋਕਾਂ ਨੇ ਜ਼ਮੀਨ ਤੇ ਕਿਸੇ ਜਗ੍ਹਾ ਤੇ ਕਬਜ਼ਾ ਕਰ ਲਿਆ ਤੇ ਉਹ ਮਾਲਕ ਬਣ ਗਏ ਬਾਕੀ ਲੋਕਾਂ ਨੂੰ ਗੁਲਾਮ ਬਣਾਤਾ ਸੋ ਜਿਹੜੇ ਮਾਲਕ ਨੇ ਉਹ ਵਾਦ ਦਾ ਰੂਪ ਨੇ ਜਿਹੜੇ ਗੁਲਾਮ ਨੇ ਉਹ ਪ੍ਰਤੀਵਾਦ ਤੇ ਫਿਰ ਕਾਫੀ ਸਮਾਂ ਚੱਲਦਾ ਰਿਹਾ ਉਸ ਤੋਂ ਬਾਅਦ ਇਤਿਹਾਸ ਦਾ ਸਵਾਜ ਦਾ ਵਿਕਾਸ ਹੋਇਆ ਤੇ ਇਹਨਾਂ ਦੋਹਾਂ ਦਾ ਨਵਾਂ ਰੂਪ ਬਣ ਗਿਆ ਸਮੰਤਵਾਦੀ ਅਵਸਥਾ ਸਮੰਤਵਾਦੀ ਅਵਸਥਾ ਚ ਕੀ ਹੋ ਗਿਆ ਵੀ ਜਿਹੜੇ ਮਾਲਕ ਸੀ ਉਹ ਹੁਣ ਵੀ ਮਾਲਕ ਬਣ ਗਏ ਤੇ ਉਹ ਵੱਡੇ ਵੱਡੇ ਜ਼ਗੀਰਦਾਰ ਬਣ ਗਏ ਪਰ ਉਹਨਾਂ ਨੇ ਜਿਹੜੀ ਆਪਣੀ ਜ਼ਮੀਨ ਤੇ ਗੁਲਾਮਾਂ ਨੂੰ ਥੋੜੀ ਜੀ ਉਹਨਾਂ ਦੇ ਦਸ਼ਾ ਠੀਕ ਹੋ ਗਈ ਤੇ ਉਹਨਾਂ ਨੂੰ ਕਿਸਾਨ ਬਣਾਤਾ ਮੁਜਾਰੇ ਬਣਾ ਦਿੱਤਾ ਇਸੇ ਤਰ੍ਹਾਂ ਇਸ ਤੋਂ ਅਗਲੀ ਜਿਹੜੀ ਅ ਵਿਵਸਥਾ ਸੀ ਉਹ ਪੂੰਜੀਪਤੀ ਵਸਥਾਤੀ ਉਹ ਉਹ ਕਾਰਖਾਨਿਆਂ ਦੇ ਫੈਕਟਰੀਆਂ ਦੇ ਮਾਲਕ ਬਣ ਗਏ ਪੂੰਜੀਪਤੀ ਬਣ ਗਏ ਤੇ ਜਿਹੜੇ ਕਿਸਾਨ ਸੀ ਉਹ ਮਜ਼ਦੂਰ ਬਣ ਗਏ ਇਸੇ ਤਰ੍ਹਾਂ ਹੌਲੀ-ਹੌਲੀ ਸਮਾਜ ਦਾ ਵਿਕਾਸ ਚੱਲਦਾ ਰਿਹਾ Karl Marx ਇਹ ਕਹਿਣਾ ਚਾਹੁੰਦਾ ਪੌਤਿਕ ਦਵੰਦਵਾਦ ਵਿੱਚ ਕਾਲ ਮਾਰਕਸ ਇਹ ਕਹਿਣਾ ਚਾਹੁੰਦਾ ਹੈ ਕਿ ਜਿਹੜਾ ਪਦਾਰਥ ਹੈ ਸਮਾਜ ਦੇ ਵਿਕਾਸ ਦਾ ਕਾਰਨ ਪਦਾਰਥ ਹੈ ਪਦਾਰਥ ਹੀ ਸਮਾਜ ਦੇ ਦੇਸ਼ ਦੇ ਰਾਜਾਂ ਦੇ ਵਿਕਾਸ ਦਾ ਕਾਰਨ ਬਣਦਾ ਹੈ ਸੋ ਕਾਲ ਮਾਰਕਸ ਦੇ ਸ਼ਬਦਾਂ ਵਿੱਚ ਇਟ ਇਜ਼ ਨਾਟ ਦਾ ਕੌਨਸ਼ੀਅਸਨੈਸ ਆਫ ਦਾ men that determines their existence but on the contrary it is their social existence that determines their consciousness munukh <muchdi> di chetna unna di hond nu nirdhart nahi kardi sagho is de ult unna di samajik hond munukh di chetna nu nirdhart kardi hai <muchdi> ha to uh, parviarthiyo ਮੈਨੂੰ ਆਸ ਹੈ ਕਿ ਤੁਹਾਨੂੰ ਡਾਇਲੈਕਟਿਕ ਮਟੀਰੀਅਲਿਜ਼ਮ ਪਤਾ ਲੱਗ ਗਿਆ ਹੋਵੇਗਾ ਭੌਤਿਕ ਦਵੰਦਵਾਦ ਫਾਈਨਲ ਤੇ ਮੁਕਤੀ ਗੱਲ ਇਹ ਆ ਕਿ ਮਨੁੱਖ ਜਿਹੜਾ ਮਾਰਕਸਵਾਦ ਹੈ ਉਹ ਇਹ ਕਹਿੰਦਾ ਕਿ ਭੌਤਿਕ ਦਵੰਦਵਾਦ ਸਮਾਜ ਦੇ ਵਿਕਾਸ ਦਾ ਕਾਰਨ ਆਰਥਿਕ ਹਾਲਾਤਾਂ ਦੱਸਦਾ ਵੈ ਪ੍ਰੋਡਕਸ਼ਨ ਮਟੀਰੀਅਲ ਦੱਸਦਾ ਵੈ ਤੇ ਇਹੋ ਹੀ ਅਲਟੀਮੇਟਲੀ ਫੈਕਟਰ ਨੇ ਸਮਾਜ ਦੇ ਵਿਕਾਸ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ ਜੇਕਰ ਵੈਰੀ ਵੀਡੀਓ ਅੱਛੀ ਲੱਗੀ ਹੈ ਤੇ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਬਹੁਤ ਬਹੁਤ ਧੰਨਵਾਦ ਥੈਂਕ ਯੂ